ਹਾਂ ਜੀ ਮੈਂ ਯੂਟਿਊਬ ਫੈਮਿਲੀ ਇਸ ਟਾਈਮ ਆਈ ਹੈ ਜੀ ਆਪਣੇ ਭਾਈ ਤੱਕ ਉਹ ਵੀ ਅਸਕਰ ਫਿਸ਼ ਸ਼ਾਪ ਭਾਈ ਤਾਰੇ ਸਾਹਿਬ ਮੌਜੂਦ ਨੇ ਅੱਜ ਜਿਹੜਾ ਖਾਣੇ ਤਵਾ ਮਾਤਾ ਜੀ ਆਪਣੇ ਕੰਨਾਂ ਹੋ 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 ਮਸ਼ੀਨਾਂ ਬਾਰਬੀਕਿਊ ਬਾਕੀ ਸੈਟਅਪ ਬੰਦਿਆ ਸੋਹਣਾ ਉਹ ਵੀ ਇੱਥੋਂ ਪਾਰਕਿੰਗ ਵਗੈਰਾ ਲਾਈ ਸਕਦੇ ਗੱਡੀ ਬਾਕੀ ਫੈਮਿਲੀ ਆਲ ਵਗੈਰਾ ਇੱਧਰ ਬਾਰਬੀਕਿਊ ਕਿਆ ਬਾਤ ਹੈ। ਹਾਂ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਯੂਟਿਊਬ ਫੈਮਿਲੀ ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਠਾਕ ਸੋ ਅੱਲਾਹ ਤਾਲਾ ਸੋ ਮਾਣੇ ਸੋ ਮੇਜ਼ਬਾਨ ਗੁਲਾਮ ਸਾਹਿਬ ਸਾਨੂੰ ਜਿੰਨੀ ਹਾਜ਼ਰ ਹੈ ਜੀ ਉਹ ਵੀ ਅੱਜ ਇੱਕ ਨਵੀਂ ਵੀਡੀਓ ਕਰੀ ਜੀ ਨਾਜ਼ਰੀਨ ਇਸ ਟਾਈਮ ਜਿਹੜੀ ਆਪਣੇ ਡਡਿਆਲ PSO ਪੰਪਾਂ ਨੇ ਬਾਹਰ ਸਾਹਮਣੇ ਅਸਗਰ ਜਿਹੜਾ ਨਾ ਪੀਸ਼ਾ ਭਰਾਈ ਗਿਆ ਅੱਜ ਖਾਣੇ ਆਏ ਜੀ ਸ਼ਾਇਦ ਤਵਾ ਜਿਹੜਾ ਆਂਡੀਆਂ ਹਰ ਚੀਜ਼ ਫਰੈਸ਼ ਹਰ ਚੀਜ਼ ਜਿਹੜਾ ਅਸਾਂ ਆਰਡਰ ਤਿਆਰ ਕਰ ਸੋ ਕਰਾ ਸੋ ਅਸੀਂ ਕਿ ਫਰੈਸ਼ ਬਣ ਸੀ ਉਸ ਸਾਰਾ ਜਿਹੜਾ ਨਾ ਫਰੈਸ਼ ਬਣਾ ਕੇ ਅਸੀਂ ਕਿ ਸਰਵ ਕਰ ਸਕਦੇ ਜਿਸ ਤਰ੍ਹਾਂ ਕਿ ਮਸਲਨ ਮਕਸ ਤਵਾ ਚਿਕਨ ਬਾਕੀ ਚਿਕਨ ਜਿਵੇਂ ਅਸੀਂ ਪੁੱਛਣੇ ਕਿਹੜੀ ਕਿਹੜੀ ਇਹਨਾਂ ਕੋਲ ਮੈਨੇ ਹੋ ਕਿਹੜੇ ਕਿਹੜੀ ਆਂਡੀ ਬਣਨੀ ਹੈ ਚਲੋ ਵੀ ਜਿਹੜਾ ਨਾ ਫਰੈਸ਼ ਬਣ ਸੀ ਤੁਸੀਂ ਹਰੇ ਪਰ ਬਾਕੀ ਇਹਨਾਂ ਟਰਾਈ ਕਰਨੇ ਆ ਬਾਕੀ ਵੀਡੀਓ ਜ਼ਰੂਰ ਕਰੇ ਇਨਸ਼ਾਅੱਲਾ ਕਿਉਂਕਿ ਮਿਆਰ ਖਾਣੇ ਨਾਲ ਕਾਫੀ ਅੱਛਾ ਲੱਗਦੀ ਲੋਕੇਸ਼ਨ ਜਾਣਾ ਤਾਂ ਕਿਸੇ ਨੀਅਰ ਜਾਣਾ PSO ਪੈਟਰੋਲ ਪੰਪ ਕਿਆ ਬਾਤ ਹੈ ਜੀ ਮੈਂ ਯੂਟਿਊਬ ਫੈਮਿਲੀ ਇਸ ਟਾਈਮ ਆਈ ਹੈ ਜੀ ਆਪਣੇ ਭਾਈ ਤਾਰੇ ਸਾਹਿਬ ਮੌਜੂਦ ਨੇ ਤੇ ਅੱਜ ਜਿਹੜਾ ਖਾਣੇ ਜੀ ਟੱਕੋ ਟੱਕ ਉਹ ਵੀ ਜਿਹੜਾ ਮੱਗ ਬਾਕੀ ਸੰਗੀਤ ਦੱਸਣੇ ਨਾ ਬਹੁਤ ਹੀ ਫੇਰ ਇੱਕ ਸ਼ੂਗਰ ਜੀ ਬਹੁਤ ਹੀ ਵਧੀਆ ਖਾਣੇ ਬਣੇ ਨੇ ਇਸ ਟਾਈਮ ਉਹ ਵੀ PSO ਪੰਪ ਹੈ ਪਾਰਸਾ ਮੇਰਾ ਅਸਕਰ ਫਿਸ਼ ਸ਼ਾਪ ਤੇ ਲੋਕੇਸ਼ਨ ਜਿਹੜਾ ਇਹ ਡੜਿਆਲ ਅੰਦਰ ਬਾਕੀ ਇੱਕ ਮਾਲ ਉੱਚਾ ਕਰਨੇ ਇਹਨਾਂ ਨਾਲ ਅਸਲਾਮ ਅਲੈਕਮ ਜੀ ਮੌਲੀ ਸਾਹਿਬ ਠੀਕ ਹੋ ਹਰ ਦੀ ਸਿਹਤ ਕੈਸੀ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿਆ ਬਾਤ ਹੈ ਮੌਲੀ ਸਾਹਿਬ ਮੈਂ ਕਿ ਤੁਸੀਂ ਰੋਲ ਲੈਣਾ ਜੀ ਅੱਛਾ ਸੋ ਆ ਗਿਆ ਜਿਹੜੀ ਗੱਲ ਬਾਈ ਹੈ ਵਾਪਸ ਬਾਉਣ ਕਿਆ ਹਰ ਆਂਡੀ ਨਾਲ ਕਿਆ ਦੂ ਸ਼ਰੀਫ ਮਾਸ਼ਾਅੱਲਾ ਜੀ ਤੱਕੋ ਨਾ ਨਾਲ ਜਣਾ ਅੱਛਾ ਅੱਛਾ ਨਾਲ ਜਣਾ ਦੂ ਸ਼ਰੀਫ ਨੇ ਨਾਲ ਹੀ ਖਾਣਾ ਬਣਾਉਣਾ ਜੀ ਬਰਕਤ ਬਾਕੀ ਜ਼ਾਇਕਾ ਡਬਲ ਹੈ ਜਣਾ ਮਾਸ਼ਾਅੱਲਾ ਮਾਸ਼ਾਅੱਲਾ ਤੇ ਇਸ ਟਾਈਮ ਕਿਹੜੀ ਕਿਹੜੀ ਇੱਥੇ ਆਂਡੀ ਲੱਭਣੀ ਹੈ ਤੱਕੋ ਨਾ ਕਿਆ ਬਾਹਰ ਹੈ ਅੱਜ ਅਸਾਂ ਕੀ ਕਿਆ ਖਵਾਸੋ ਖਿਲਾਓ ਖਿਲਾਓ ਮਗ ਬਣਾਓ ਇਹ ਸੋਹਣੀ ਜਿਹੀ ਆਂਡੀ ਪਤਾ ਲੱਗਾ ਐ ਤਾਂ ਕੋਣਾ ਕਿਆ ਬਾਤ ਹੈ ਮੈਂ ਕਿ ਕਸ਼ਬੋ ਫੈਲੀ ਵੀ ਆ ਜ਼ਬਰਦਸਤ ਮੁਜ ਸਾਹਿਬ ਠੀਕ ਹੋ ਹੜੀ ਜਿੱਤ ਕੈਸੀ ਹੈ ਨਾਲ ਹੀ ਦਹੀਂ ਗਈ ਨੇ ਤਾਂ ਕੋਣਾ ਮਜ਼ੇਦਾਰ ਸਪੈਸ਼ਲ ਬਾਕੀ ਤਵੇ ਪਰ ਸਭ ਕੁਝ ਬਣਨਾ ਤਾਜ਼ੀ ਤਾਂ ਫਰੈਸ਼ ਕੋਈ ਸ਼ੱਕ ਨਹੀਂ ਉਹ ਜਿਹੜਾ ਤਵਾ ਆਂਡੀ ਬਿਲਕੁਲ ਠੀਕ ਹੈ ਜੀ ਹਾਂ ਜੀ ਮਾਈ ਯੂਟੀ ਫੈਮਿਲੀ ਸਿਟੀ ਜਨਾਣਾ ਏਰੀਆ ਵੈ ਇੱਥੇ ਜਨਾਣਾ ਫੈਮਿਲੀ ਵਗੈਰਾ ਬੇਚ ਸਕਦੀ ਹੈ ਈਜ਼ੀਲੀ ਨਾਲ ਹੀ ਇਸ ਨੇ ਨਾਲ ਜੈਂਟਸ ਨਾਲ
ਇਹ ਫੈਮਲੀ ਜਿਹੜਾ ਨਾਲ ਹੈ ਤਾਂ ਕਿਸੇ ਨੇ ਸੈਟਅਪ ਕਾਫੀ ਅੱਛਾ, ਪੱਖੇ ਵਗੈਰਾ ਲੱਗੇ ਹੋਏ ਹੈ ਤਾਂ ਕੌਣ ਸੂਫੇ ਵਗੈਰਾ ਨਾਲ ਹੀ ਸਮਾਂ ਬਾਹਰ ਹੀ ਬੇਖ ਖਾ ਸਕਦੇ ਹਾਂ ਸੋਹਣਾ ਆਪਣਾ ਮਾਇੰਡ ਹੈ ਇੱਥੇ ਸਮਾਂ ਬਾਹਰ ਬੇਖ ਖਾ ਸਕਦੇ ਹਾਂ ਗਰਮ ਗਰਮ ਰੋਟੀਆਂ ਲੱਗੀ ਆ ਇੱਥੇ ਜਿਹੜਾ ਸਾਂ ਈਜ਼ੀਲੀ ਬੇਖ ਖਾ ਸਕਦੇ ਹਾਂ ਤਾਂ ਕੋ ਕਿਆ ਬਾਤ ਹੈ ਜੀ ਮਾਈ ਯੂਟੀ ਫੈਮਲੀ ਨਾਲ ਹੀ ਫਰੈਸ਼ ਆਂਡੀ ਅਤੇ ਨਾਲ ਹੀ ਗਰਮ ਗਰਮ ਫਰੈਸ਼ ਰੋਟੀਆਂ ਵੀ ਕਰਾਕੇਦਾਰ ਮਜ਼ੇਦਾਰ ਉਹ ਜਿਹਨਾਂ ਤੋਂ ਮਿਲਣੀ ਆ ਹੈ ਤਾਂ ਕੋਣ ਪਾਈ ਆ ਲਾਈ ਰਹੇ ਇਸ ਟਾਈਮ ਗਰਮ ਗਰਮ ਕਰਾਕੇਦਾਰ ਅਤੇ ਲੱਛੇਦਾਰ ਅਤੇ ਨਰਮ ਰੋਟੀ ਇਹ ਹੈ ਤਾਂ ਕੋਣ ਤੰਦੂਰ ਪਹੇ ਆ ਕਿਆ ਬਾਤ ਹੈ ਮਾਸ਼ਾਅੱਲਾ ਇਸ ਟਾਈਮ ਰੋਟੀ ਲੱਗੀ ਰਹੀ ਹੈ ਕਿਆ ਬਾਤ ਹੈ ਹਾਂਜੀ ਮਾਈ ਯੂਟੀ ਫੈਮਲੀ ਇਹ ਜਿਹੜਾ ਮੈਨਿਊ ਹੈ ਜੀ ਕੰਟੈਕਟ ਨੰਬਰ ਸੀ ਸਕਰੀਨ ਪਿੱਛੇ ਹੋ ਰਹੇ ਸੀ ਰਾਬਤਾ ਕਰ ਸਕਦੇ ਹੋ ਉਸਨੇ ਬਾਰਬੀਕਿਊ ਟੱਕਣਿਆਂ ਕਰਕੇ ਕਿਚੀ ਲੱਭਣੀ ਕਿਆ ਬਾਤ ਹੈ ਇਹ ਜਿਹੜਾ ਨਾ ਇੱਧਰ ਆ ਜਾਣੇ ਪਲੇਟਰ ਟੱਕੋ ਟੱਕ ਆ ਲੈਣਾ ਅਤੇ ਚੈੱਕ ਕਰ ਸਕਦੇ ਹੋ ਹਰ ਚੀਜ਼ ਲੱਭ ਸੀ ਇੱਥੇ ਫਿਸ਼ ਆਂਟੀ ਅਤੇ ਕਲੇਜੀ ਪੋਟਾ ਕਿਆ ਬਾਤ ਹੈ ਜੀ ਇਹ ਤਾਂ ਕੌਣ ਇੱਧਰ ਰਾਇਤਾ ਸਲਾਦ ਉਸ ਤੋਂ ਬਾਅਦ ਫਿਸ਼ ਟਿੱਕਾ ਕਿਲੋ ਜਾਣਾ ਬਾਰਬੀਕਿਊ ਚਾਹੀਂ ਲੱਭੀ ਅਸੀਂ ਇੰਦਰੋਂ ਫਰੈਸ਼ ਬੀਫ ਕਬਾਬ ਅਤੇ ਇੱਧਰ ਕਹਿ ਜਾਣਾ ਬਾਕੀ ਇੱਧਰ ਹੀ ਹੈ ਦੇਖੋ ਫੈਮਲੀ ਕਾਫੀ ਅੱਛਾ ਸੈਟਅਪ ਬਣਦੇ ਆ ਮਾਸ਼ਾਅੱਲਾ ਪੱਖੇ ਲੱਗੇ ਠੰਡੀ ਠੰਡੀ ਹਵਾ ਚ ਗਈ ਆ ਬਾਕੀ ਸਾਨੂੰ ਢਾਬੇ ਹੀ ਖਾਈ ਜਾਣਾ ਈਜ਼ੀਲੀ ਆਪਣੀ ਫੈਮਲੀ ਦੇ ਦੋਸਤਾਂ ਯਾਰਾਂ ਨਾਲ ਖਾਣਾ ਜਿਹੜਾ ਅਸੀਂ ਆਰਡਰ ਕਰੀ ਤਾਂ ਉਹ ਆਰਡਰ ਚੰਗੇ ਚਾਹੁੰਦੇ ਦੱਸਿਆ ਕਿਹੜੀ ਕਿਹੜੀ ਚੀਜ਼ ਮੰਗਾਈ ਆ ਬਾਕੀ ਨਾਲ ਹਾਲੇ ਟੇਸਟ ਕਰਨੇ ਚਲਾ ਇੱਥੋਂ ਖਾਣਾ ਬਾਕੀ ਬਾਜ਼ਾਰ ਹੀ ਵਿਜ਼ਿਟ ਕਰਤਾ ਬਾਜ਼ਾਰ ਜਿਹੜਾ ਕੋਈ ਖਾਣਾ ਪੀਣਾ ਫੈਮਲੀ ਇੱਥੇ ਮਸ਼ਹੂਰ ਤਵਾ ਜਿਹੜੀਆਂ ਨਾ ਆਈ ਜਾਣੀ ਜੀ ਆਪਣਾ ਤਵਾ ਮਗਜ਼ ਤਵਾ ਮੱਛੀ ਅਤੇ ਤਵਾ ਚਿਕਨ ਜਾਂ ਫਰੇਜ਼ੀ ਤਾਂ ਕੌਣ ਕਿਆ ਬਾਤ ਹੈ ਮਾਸ਼ਾਅੱਲਾ ਇਹ ਦੇਖੋ ਨਾਲ ਹੈ ਜਾਣੀ ਗਰਮ ਰੋਟੀ ਉਹ ਵੀ ਤੰਦੂਰਾਂ ਨੇ ਦੱਜੀ ਨਾਲ ਹੀ ਇਸਤੇਮਾਲ ਤੱਕ ਮਾਸ਼ਾਅੱਲਾ ਐਦਾਂ ਸਲਾਦ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਫਸਟ ਆਫ ਆਲ ਅਸਾਂ ਜਿਹੜਾ ਨਾ ਟਰਾਈ ਕਰ ਸਾਂ ਜੀ ਇੱਥੇ ਆਉਣਾ ਜਿਹੜਾ ਅਤੇ ਆ ਜਾਣਾ ਜੀ ਚਿਕਨ ਤਵਾ ਚਿਕਨ ਟਰਾਈ ਕਰਨੇ ਆ ਮੈਂ ਤਾਂ ਕੌਣ ਮਾਸ਼ਾਅੱਲਾ ਇੱਥੇ ਨਾ ਤਵਾ ਜਿਹੜਾ ਚਿਕਨ ਟਰਾਈ ਕਰਨੇ ਆ ਉਹ ਵੀ ਚਿਕਨ ਜਿਹਾ ਸੀ ਨਾਲ ਹੀ ਚਿਕਨ ਨਾਲ ਹੀ ਇਹਨਾਂ ਨਾਲ ਥੋੜ੍ਹੀ ਜਿਹੀ ਚਟਨੀ ਬਣਿਆ ਇਹ ਇੱਥੇ ਕੌਣ ਚਟਨੀ ਨਾਲ ਆਪਣਾ ਸਵਾਦ ਹੈ ਹੁਣ ਜਿਹੜਾ ਟਰਾਈ ਹੋਣਾ ਜੀ ਮਗਜ਼ ਤਵਾ ਮਗਜ਼ ਚੈੱਕ ਕਰੋ ਤਵਾ ਮਗਜ਼ ਜਾਂ ਟਰਾਈ ਕਰਨਾ ਸਾਬਤਾ ਸਾਬਤਾ ਮੂੰਹ ਜਾਣਾ ਟੇਸਟ ਵੈਰੀ ਨਾਈਸ ਆ ਮਸਾਲੇ ਲਾਈਟ ਦੇ ਪਏ ਮੈਂ ਨਾ ਕਿ ਕਮਾਲਾ ਟੇਸਟ ਗਰਮ ਗਰਮ ਹਾਂਡੀ ਫਰੈਸ਼ ਹਰ ਚੀਜ਼ ਫਰੈਸ਼ ਹੈ ਮਸਾਲਾ ਨਾਲ ਟੇਸਟ ਤਗੜੀ ਬਾਈਟ ਹੋ ਜਾਣਾ ਇਹਨਾਂ ਨਾਲ ਤਵਾ ਮੰਗ ਗਿਆ ਮੈਂ ਨਾ ਕਿ ਕਮਾਲਾ ਟੇਸਟ ਆਇਆ ਹੋਣਾ ਹੂੰ 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 ਹੂੰ
ਟਰਾਈ ਕਰਸਾਂ ਜੀ ਤਵਾ ਫਿਸ਼, ਮੈਂ ਤਾਂ ਕੌਣ ਤਵਾ ਫਿਸ਼ ਵਾਪਿਸ ਕਰ ਦੇ। ਫਿਸ਼ ਚੈੱਕ ਕਰੋ ਵਿਦਆਊਟ ਕੰਡੇ ਸੀ, ਉਹ ਵੀ ਅਸਕਰ ਫਿਸ਼ ਆ, ਟਰਾਈ ਹੰਡੀਆਂ ਕਮਾਲੀਆਂ ਪਰਫੈਕਟ ਮਜ਼ੇਦਾਰ। ਅਸਲਾਮ ਵਾਲੇਕੁਮ ਬ੍ਰਾਹਮਣ, ਕੀ ਹਾਲ ਹੈ? ਸਿਹਤ ਕੈਸੀ ਹੈ? ਠੀਕ ਠਾਕ। ਇੱਧਰ ਸ਼ੀਸ਼ੀ ਠੀਕ ਹੈ ਪਰ ਉਹ ਕੀ ਤੱਕਿਆ, ਮੈਂ ਜਾਣਾ ਮਿਲੀ ਸ਼ਾਮ ਕਿਆ ਗੱਪ ਸ਼ਪ ਹੈ? ਐਨੀ ਟਾਈਮ ਮੈਂ ਹਰ ਕੁਛ ਆਇਆ ਵਾ, ਜਿਸ ਵੇਲੇ ਮਿਲਾਂ ਮੈਂ ਐਨੀ ਟਾਈਮ ਸਾਨੂੰ ਪਰਹਾਲ ਸੁਣਾਓ ਜ਼ਬਰਦਸਤ ਹਮੇਸ਼ਾ ਹਰ ਜਿਸ ਨੇ ਇੱਧਰ ਕੁਛ ਹੋਇਆ ਨਾ ਟੈਲੈਂਟ ਆ ਸਾਨੂੰ ਬੰਦੇ ਨੇ ਸਪੋਰਟ ਕੀਤੀ, ਹਰ ਬੰਦੇ ਦੀ ਹੋਰ ਸੁਣਾਓ ਕਿਆ ਜੇ ਰਿਹਾ ਕੰਮ ਕਦੋਂ ਕਦੋਂ ਫਿਰ ਰਹੇ ਹੋ? ਬਸ ਰੋਟੀ ਖਾਧੀ ਸਮੋਸੇ ਪਕੌੜੇ ਚਾਹ ਉਹ ਵੀ ਜਿਹੜਾ ਨਾ ਥੋੜੇ ਜਿਹੇ ਪਰੇਸ਼ਾਨ ਹੋ ਗਏ, ਇਸ ਵਜ੍ਹਾ ਨਾਲ ਕੋਸ਼ਿਸ਼ ਕਰਦੇ ਆ ਕੰਟੈਂਟ ਚੇਂਜ ਕੀਤਾ ਜਾ, ਥੋੜਾ ਜਿਹਾ ਚੇਂਜ ਕੀਤਾ ਜਾ, ਲਾਜ਼ਮੀ ਚੇਂਜ ਕਰਨੇ ਆ ਇਨਸ਼ਾਅੱਲਾ। ਬਾਕੀ ਖਾਣਾ ਨਾਲ ਪਤਾ ਨਹੀਂ ਗਿਆ ਕਿ ਇੱਕ ਚੀਜ਼ ਦਾ ਇੱਕ ਟਾਪਿਕ ਪਰ ਸਾਰੇ ਬੰਦੇ ਵੀਡੀਓ ਬਣਾਉਣੇ ਨੇ ਸਾਂ, ਫਿਰ ਉਹ ਪਤਾ ਨਹੀਂ ਇੱਕ ਇਹ ਆਉਣਾ ਕਿ ਅੱਜ ਮੈਂ ਵੀਡੀਓ ਬਣਾਈ ਨਾ ਕੱਲ ਉਸ ਟਾਪਿਕ ਪਰ ਜਾਈ ਕੋਈ ਦੁਆ ਬੰਦਾ ਦੁਆ ਬਣਾਉਂਦੀ ਹੈ ਨਾ, ਸਾਰੇ ਬੰਦੇ ਕੰਟੈਂਟ ਲਾਦਾ ਕਰੀ ਨੂੰ ਸਾਰੇ ਲਾਦਾ ਲਾਦੇ ਬਣਾਓ ਕਿਆ ਬਣਾ ਇੱਕ ਦਿਨ, ਜੇਕਰ ਅਸਾਂ ਇੱਕ ਕੰਮ ਕਰਦੇ ਹਾਂ ਤਾਂ ਦੂਆ ਜਿਹੜਾ ਅਸਾਂ ਤਾਂ ਸਾਰੇ ਬਣਾਏ ਜਾਂਦੇ ਹਾਂ, ਲਾਜ਼ਮੀ ਸਬਸਕ੍ਰਾਈਬ ਕਰਨਾ ਹੈ, ਭਾਪੇ ਨੇ ਸਪੋਰਟ ਲਾਜ਼ਮੀ ਕਰਨੀ ਹੈ, ਹਰ ਟਾਈਮ ਬੜਾ ਅੱਛਾ ਇਹਨਾਂ ਨੇ ਖਾਣੇ ਆਇਆ ਸਿਸਟਮ, ਅਸਾਂ ਤਾਂ ਫੂਡ ਦਾ ਇਤਨਾ ਟਾਈਮ ਹੀ ਨਹੀਂ ਲਾਉਣਾ ਜੇ ਕੋਈ ਹੋ ਗਿਆ ਕਰਾਂ ਟਾਈਮ ਕੋਟੋ ਸ਼ਪਾ ਜੀ। ਬਾਕੀ ਕਹਿੰਦੇ ਨਾਲ ਹੀ ਰਕਸ਼ਾ ਤੇ ਨਾਲ ਹੀ ਵਲੋਗਿੰਗ ਨਾਲ ਹੀ ਵਲੋਗਿੰਗ ਤਾਂ ਕੋਣਾ ਕਿਹਾ ਵੇ ਲਾੜੀ ਸੋਣੀ ਆਪਣਾ ਇਹ ਬਿਜ਼ਨਸ ਆਪਣਾ ਠੀਕ ਹੈ ਨਾ, ਦੋਏ ਬਿਜ਼ਨਸ ਨੇ ਆਪਣੇ ਦੋਏ ਆਪਣੇ, ਚਲੋ ਸਹੀ ਹੈ ਇਨਸ਼ਾਅੱਲਾ ਕੋਈ ਰੱਖਣੇ ਆ ਗੈਟਰਿੰਗ ਦਾ ਠੀਕ ਮਿਹਰਬਾਨੀ ਕੁਛ ਜੇ ਠੀਕ ਹੈ। ਹਾਂਜੀ ਮੈਂ ਯੂਟੀ ਫੈਮਿਲੀ ਖਾਣਾ ਛਣ ਖਾਧਾ, ਮੋਟਰਸਾਈਕਲ ਚਲਾਈ ਮੈਂ ਸਿੱਧਾ ਜਾਣਾ ਨਾਲ ਪੈਦਲ ਤੁਰਨੇ ਆ ਨਾਲ ਨਮਾਜ਼ ਪੜ੍ਹੀ ਨੇ ਆਉਣਾ, ਬਾਕੀ ਜਿਹਨਾਂ ਦਾ ਸੋਹਣਾ ਟਾਈਮ ਹੀ ਗਿਆ ਮੈਂ ਤਾਂ ਕੋਣਾ। ਹਾਂਜੀ ਮੈਂ ਯੂਟੀ ਫੈਮਿਲੀ ਇਸ ਟਾਈਮ ਆਈ ਜੀ ਬਾਜ਼ਾਰ ਸਿੰਘ ਦੱਸਿਆ ਜੀ ਬਾਜ਼ਾਰ ਨਹੀਂ ਸਿਚੁਏਸ਼ਨ ਐਂ ਤਾਂ ਕੋਣਾ ਇਸ ਟਾਈਮ ਜਿੱਦਾਂ ਬਾਜ਼ਾਰ ਉਹ ਵੀ ਡਡਿਆਲ ਆਪਣੇ ਬਿਜ਼ੀ ਬਾਜ਼ਾਰ ਹੈ ਬਾਕੀ ਜਨਾਬ ਬਿਜ਼ੀ ਇਸ ਟਾਈਮ ਫਲੂਦਾ ਨਾਲ ਹੀ ਸਕਰੀਮ ਕੀ ਹਾਲ ਹੈ ਜਨੇਦ
ਤਕੋਣਾ ਕਿਆ ਬਾਤ ਹੈ। ਹੋਰ ਜੀ ਹੈਡੀ ਸਿਹਤ ਕੈਸੀ? ਠੀਕ ਠਾਕ। ਕਿਆ ਮਤਲਬ ਬਾਣੇ ਇੱਕ ਤੇ ਦੋ ਮਾਸ਼ਾਅੱਲਾ ਮੈਂ ਨਾ ਕਿ ਕਮਾਲ ਨਾ ਆਈਸਕ੍ਰੀਮ ਦੇ ਨਾਲ ਜਿਹੜਾ ਸੇਵੀਆਂ ਹਾਂ ਜੀ ਮੈਂ ਯੂਟੀ ਫੈਮਲੀ ਇਸ ਟਾਈਮ ਬਾਜ਼ਾਰ ਬਾਕੀ ਜਿਹੜਾ ਆਈ ਗਿਆ ਆਪਣੇ ਭਾਈ ਜਬੈਰਾ ਕੋਲ ਚਲਾਉਣਾ ਪਰ ਲੋਕਾਂ ਨੇ ਇੱਕਾ ਫੋਨ ਸੀ ਉਸਨਾ ਜਿਹੜਾ ਨਾ ਆਪਣਾ ਆਈ ਗਿਆ ਚਾਰਜਰ ਜਿਹੜਾ ਹਾਫ ਚੱਕ ਉਹ ਜਿਹੜਾ ਨਵਾਂ ਬਣਿਆ ਇਸ ਟਾਈਮ ਜਿਹੜਾ ਬਾਜ਼ਾਰ ਹੀ ਮੌਜੂਦ ਆ ਬਸ ਠੀਕ ਹੈ ਠੀਕ ਹੈ। ਹਾਂਜੀ ਮੈਂ ਯੂਟੀਊਬ ਫੈਮਲੀ ਇਸ ਟਾਈਮ ਮੌਜੂਦ ਜੀ ਜ਼ਮਾਨ ਚੌਕ ਤੱਕ ਮੌਸਮ ਠੰਡਾ ਬਾਰਿਸ਼ਾਂ ਦਾ ਮੌਸਮ ਹੁੰਦੇ ਆ ਕਿਆ ਬਾਤ ਹੈ ਜੀ ਤੱਕ ਇਸ ਟਾਈਮ ਜਿਹੜਾ ਮੌਜੂਦ ਜ਼ਮਾਨ ਚੌਕ। ਹਾਂਜੀ ਮੈਂ ਯੂਟੀਊਬ ਫੈਮਲੀ ਬਾਰਿਸ਼ ਵਾਹ ਵਾਹ ਲੱਗੀ ਤਾਂ ਕਿਸੇ ਜੀ ਮਾਸ਼ਾਅੱਲਾ ਮੌਸਮ ਠੰਡਾ ਹੋ ਗਿਆ ਬਾਕੀ ਜਿਹੜਾ ਕਣੀਆਂ ਲੱਗੀਆਂ ਇਸ ਟਾਈਮ ਅਚਾਨਕ ਜਿਹਾ ਬਾਰਿਸ਼ ਸ਼ੁਰੂ ਹੋਈ। ਹਾਂਜੀ ਮੈਂ ਯੂਟੀਊਬ ਫੈਮਲੀ ਇਸ ਟਾਈਮ ਤੱਕੋ ਜੀ ਸੜਕਾਂ ਪਰ ਆਈ ਗਿਆ ਪਾਣੀ ਅਤੇ ਇਸ ਟਾਈਮ ਜਿਹੜਾ ਸਟੇ ਕੀਤੀ ਉਹ ਵੀ ਭਾਈ ਕੁਰਸੀਆਂ ਦੀ ਦੁਕਾਨਾਂ ਪਰ ਤੱਕੋ ਬਾਰਿਸ਼ ਲੱਗੀ ਵਾਹ ਵਾਹ। ਹਾਂਜੀ ਮੈਂ ਯੂਟੀਊਬ ਫੈਮਲੀ ਆਏ ਸਾਂ ਕੰਮਾਂ ਪਰ ਇਸ ਟਾਈਮ ਜਿਹੜਾ ਬਾਰਿਸ਼ ਸ਼ੁਰੂ ਹੋਈ ਗਈ ਤਾਂ ਕਿ ਨੇ ਅੱਲਾਹ ਤਾਲੀ ਰਹਿਮਤ ਮੌਸਮ ਹੈਗੀਆਂ ਠੰਡਾ ਤਾਂ ਪਾਣੀ ਰੋਡਾਂ ਵੀ ਨਿਕਲੀ ਆਇਆ। ਹਾਂਜੀ ਮੈਂ ਯੂਟੀਊਬ ਫੈਮਲੀ ਇਸ ਟਾਈਮ ਆਈ ਗਈ ਜੀ ਜ਼ਮਾਨ ਚੌਕ ਜੇ ਪਤਾ ਤਾਂ ਜੀ ਨਈਆਂ ਦੁਕਾਨ ਹੈ ਤਾਂ ਆਪਣੇ ਕੰਮਾਂ ਪਰ ਆਈ ਗਿਆ ਕੋਟੀ ਜਿਹੜਾ ਲੱਗੀ ਸੀ ਤਾਂ ਤੱਕੀ ਦੱਸੀ ਅਤੇ ਇੱਥੇ ਜਿਹੜਾ ਨਈਆਂ ਦੁਕਾਨ ਹੈ ਅਤੇ ਉਹਨਾਂ ਕੀ ਜਿਹੜਾ ਕੋਈ ਚੀਜ਼ਾਂ ਦੀ ਜ਼ਰੂਰਤ ਹੈ ਸੀਟਾਂ ਦੀ ਜ਼ਰੂਰਤ ਹੈ ਮਤਲਬ ਕਿ ਨਈਆਂ ਨੇ ਸਮਾਨ ਮੁਤਲਕ ਨਹੀਂ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਕੁਝ ਪੈਸਿਆਂ ਦੀ ਜ਼ਰੂਰਤ ਹੈ ਅਤੇ ਉਹ ਜਿਹੜਾ ਅਪੀਲ ਬਣਾਉਣੇ ਆਈ ਗਈਆਂ ਤਾਂ ਬਾਕੀ ਜਿਹੜਾ ਭੈਣ ਭਰਾ ਤੱਕੀ ਰਿਹਾ ਜ਼ਰੂਰ ਜਿਹੜਾ ਕਿ ਸਪੋਰਟ ਕਰੇ ਲਾਜ਼ਮੀ ਇੰਟਰਵਿਊ ਕਿ ਨਿਆ ਤਾਂ ਤੁਸੀਂ ਗੱਲਾਂ ਵੀ ਸੁਣਾਉਣੇ ਆ ਦੱਸਣੇ ਆ ਭਾਈ ਰਣੀ ਦਰਦਨਾਕ ਫਿਲਮ ਇਹਨਾਂ ਨੇ ਦੁਕਾਨ ਹੈ ਜੁਲਿਆ ਸਿੰਘ ਦੱਸਣੇ ਹਾਲਾਤ ਕੀ ਹੈ ਜਿਹੜਾ ਦੁਕਾਨ ਹੈ ਇੰਨਾ ਭਾਈ ਰਣੀ ਅਤੇ ਅੰਦਰ ਜੁਲਿਆ ਦੱਸਣੇ ਆ ਸੈਟਅਪ ਫਸਟ ਆਫ ਆਲ ਅੱਛੋ ਅਤੇ ਚਿਹਰਾ ਤੁਸੀਂ ਨਜ਼ਰ ਆਈ ਜੀ ਸਰ ਬਾਕੀ ਇਹ ਸਮਾਨ ਨਹੀਂ ਜ਼ਰੂਰਤ ਹੈ ਅਤੇ ਚਿਹਰਾ ਤਾਂ ਕਿਸੇ ਨੇ ਹਾਲਾਤ ਕੀ ਹੈ ਜਨ ਇਹਨਾਂ ਦੀ ਕੰਡੀਸ਼ਨ ਇਹ ਬਿਲਕੁਲ ਜਿਹੜਾ ਨਾ ਇਸਤੇਮਾਲ ਨਹੀਂ ਕਾਬਲ ਕੋਣੀ ਬਾਕੀ ਜਿਹੜਾ ਇਹਨੇ ਕਿ ਰਿਨਿਊ ਕਰਾਉਣਾ ਵੈ ਲੈ ਦੇਣੀ ਜ਼ਰੂਰਤ ਹੈ ਬਾਕੀ ਫੋਮ ਵਗੈਰਾ ਲੈਕਸੀ ਤਾਂ ਇਹਨਾਂ ਕੀ ਜਿਹੜਾ ਨਾ ਤਿਆਰ ਕਰਨਾ ਹੈ ਤਾਂ ਕਿਸੇ ਨੇ ਉਹ ਇੰਨਾ ਜਿਹੜਾ ਨਾ ਆਪਣਾ ਨਿਜ਼ਾਮ ਚਲਾਉਣੇ ਮਾਰੋ ਅਪਰ ਤੋਰੀਏ ਪਾਏ ਤਾਂ ਇਸ ਤਰ੍ਹਾਂ ਜਿਹੜਾ ਨਾ ਇਹ ਕੰਮ ਕਰਨੇ ਨੇ ਭਾਈ ਯਾਰ ਅਤੇ ਇਹਨੇ ਕਿ ਮਸ਼ੀਨਾਂ ਦੀ ਜ਼ਰੂਰਤ ਹੈ ਬਾਕੀ ਚੀਜ਼ਾਂ ਵਗੈਰਾ ਨਹੀਂ ਕਰੀਮਾਂ ਵਗੈਰਾ ਉਹ ਜੇ ਨਈਆਂ ਨੇ ਮੁਤਲਕ ਸਮਾਨ ਲੈਣਾ ਉਸ ਬਸ ਸੇਮ ਤਾਂ ਕਿਸੇ ਨੇ ਇਸ ਤੇ ਇਹ ਵੀ ਚੇਅਰ ਕੰਡੀਸ਼ਨ ਤਾਂ ਕਿਸੇ ਨੇ ਕਿਸੇ ਨੇ ਲਾਤ ਖਰਾਬ ਹੋਣ ਨਹਾਉਣੇ ਬਰਾਬਰ ਹੈ। ਹਾਂਜੀ ਮੈਂ ਯੂਟੀਊਬ ਫੈਮਲੀ ਇਸ ਟਾਈਮ ਆਈ ਗਿਆ ਜੀ ਚਾਚਾ ਦੀ ਦੁਕਾਨਾਂ ਪਰ ਚਾਚਾ ਸਲਾਮ ਲੇਕਿਨ ਠੀਕ ਹੋ ਖੇਡ ਲਿਆ ਕਿਆ ਨਾਂ ਸੁਣਾ ਮਾਸ਼ਾਅੱਲਾ ਠੀਕ ਹੈ ਯਾਰ ਕਿਹੜੀ ਜਗ੍ਹਾ ਜਿਹੜਾ ਘਰ ਕਿਹੜੀ ਜਗ੍ਹਾ ਦਰੁਣੀ ਅਤੇ ਕਿੰਨਾ ਟਾਈਮ ਹੈਗਾ ਨਹੀਂ ਨਾ ਕੰਮ ਕਰਿਓ ਠੀਕ ਹੈ ਯਾਰ ਇਸ ਦੁਕਾਨੇ 'ਚ ਠੀਕ ਹੈ ਤੇ ਤੁਸੀਂ ਕੀ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਇਸ ਟਾਈਮ ਅਸਲ ਕੀ ਸੀਟਾਂ ਚਾਹੀਦੀਆਂ ਠੀਕ ਹੈ ਤੇ ਮਸ਼ੀਨਾਂ ਚਾਹੀਦੀਆਂ ਮਸ਼ੀਨਾਂ ਨਹੀਂ ਨਹੀਂ ਚਾਹੀਦੀਆਂ ਠੀਕ ਹੈ ਤੋਲੀਏ ਚਾਹੀਦੇ ਬੁਰਸ਼ ਕੰਗੇ ਚਾਹੀਦੇ ਤਾਂ ਕੌਣ ਆ ਤਾਂ ਚਾਚਾ ਆਪਣੇ ਦੌੜੀ ਥਾ ਕੰਮ ਕਰਨੇ ਰਹੋ ਕਿਹੜੀ ਜਗ੍ਹਾ ਆਪਣੇ ਜਵਾਨੀ ਥਾ ਕੰਮ ਕਰਨੇ ਰਹੋ ਦੌੜੀ 'ਚ ਡਿਡਿਆਲ ਵਿੱਚ ਚਲੋ ਸਹੀ ਹੈ ਜੀ ਮਾਜੂਰੀ ਫੈਮਲੀ ਸਾਥ ਤੱਕੀ ਰਹੋ
ਤੇ ਸੀਟਾਂ ਸੋ ਤੱਕੀਆਂ ਸਾਨੂੰ ਬਿਲਕੁਲ ਜਿਹੜਾ ਨਹਾਉਣੇ ਬਰਾਬਰ ਨਾ ਅਤੇ ਭੈਣ ਭਰਾ ਤਾਂ ਕਿੰਨੇ ਕੀ ਜ਼ਰੂਰ ਸਪੋਰਟ ਕਰੋ ਇੰਨਾ ਕਿ ਜਿਹੜਾ ਸੀਟਾਂ ਤਿਆਰ ਕਰੀਏ ਸਾਂ ਤਕਰੀਬਨ ਜਿਹੜਾ ਖਰਚਾ ਕਿੰਨਾ ਜੀ ਸਕਦਾ ਸਾਰਾ ਕਿੰਨਾ ਪੈਣਾ ਤਰੀ ਪੈਂਤੀ ਹਜ਼ਾਰ ਰੁਪਇਆ ਤਾਂ ਕਹਿਣੇ ਕੁਰਸੀ ਤਿਆਰ ਕਰਨੇ ਕਿੰਨੇ ਕਿੰਨੇ ਪੈਸੇ ਅੱਠ ਦਸ ਹਜ਼ਾਰ ਰੁਪਇਆ ਕਿੰਨੇ ਅਤੇ ਨਵੀਂ ਕੁਰਸੀ ਲੱਭਣੀ 40,000 ਰੁਪਏ ਪਹਿਲੀ ਜਿਹੜਾ ਵਕਤ ਲੱਭਣੀ ਸੀ 15,000 ਨਹੀਂ 20,000 ਨਹੀਂ ਤਾਂ ਹੁਣ ਜਿਹੜਾ 40-45,000 ਨਹੀਂ ਹੈ ਅਤੇ ਇਹ ਆਣੇ ਨਵੀਂ ਛੋਰੋ ਸੀ ਕਿੰਨੀ ਦੇ ਅਸੀਂ ਜਿਹੜਾ ਇਹ ਜਿਹੜਾ ਤਿਆਰ ਕਰੇ ਜਾਓ ਬਾਕੀ ਜਿਹਨੇ ਭੈਣ ਭਰਾ ਤੱਕ ਜ਼ਰੂਰ ਸਪੋਰਟ ਕਰੋ ਲਾਜ਼ਮੀ ਦਰੁਨੀ ਰਹਿਣੇ ਨੇ ਅਤੇ ਉਸ ਨੇ ਮਦਦ ਕਰ ਸਕੋ ਤਾਂ ਲਾਭਾਂ ਵਾਸਤੇ ਬਿਹਤਰ ਕਰ ਸਕਦੇ ਬਾਕੀ ਹੋਰ ਕੁਝ ਬਣ ਜਾਣਾ ਜਜ਼ਾਕ ਅੱਲਾ ਜੀ ਬਹੁਤ ਸ਼ੁਕਰੀਆ ਹਾਂ ਜੀ ਮੈਂ ਯੂਟਿਊਬ ਫੈਮਲੀ ਤੱਕ ਹੁਣ ਬਾਰਿਸ਼ ਹੋਈ ਅਤੇ ਨਾਲ ਜਿਹੜਾ ਘਸ ਆਈ ਆ ਮਾਠਾ ਜਿਹੜਾ ਘਸ ਆਈ ਦਾ ਇਸ ਟਾਈਮ